कैनेडा के अमृतसर नहीं वधिया वधिया चीज बनाई है आ जाओ बोर्डिंग टाइम हो गया भैया मैं घरे जाके तो लगना नहीं सो गड्डी तवाड़िए हेलो जी सत श्रीकाल सारे वेलकम बैक टू डे विद गिल यार हुणी चले जिम सवेर दे बज गए 7:30 लास्ट वीडियो नूं भी बहुत सारा प्यार मिलिया जिहड़ियां भी यूट्यूब दे उत्ते मैं अपनियां फिटनेस नूं लैके पा रहा क्योंकि मेरा 90 डेज फिटनेस चैलेंज प्रोग्राम चल रहा उहदे करके डाइट भी स्ट्रिक्ट चल रही आ कुछ ज़्यादा घूम फिर भी नहीं हो रहा सारा कुछ जिम के नाल रिलेट किया हो मैं चलो नाले तुहाडे नाल शेयर करते हैं मोटिवेट आप भी रहोंगे नाले तुहानू भी थोड़ा बहुत करांगे जिन्ने भी जोगे हैगे आ सो बने रहो वीडियो के नाल जिम चलते हैं जिम पहुँच के प्री वर्कआउट पी के नाल करते वर्कआउट स्टार्ट लैट पुल अपने शोल्डर के हिसाब का हाथ पाला हाँ जी ये अज का बैक तो बाई वर्कआउट्स गला बड़ा बैठा मेरा अज तो गला ठीक नहीं है क्योंकि कल फीवर होया ही अज थोड़ा जहा फीलिंग बैटर आ बट वीडियो इतने एंड नहीं हो रही आप अज भतीज का बर्थडे आ सो घर कह रहे कि इनू कि लैके जाना लंच से तो नाले उत्थे चलांगे नाले वीडियो के नाल बने रहो वीडियो इतने नहीं एंड हो रही सो घर जाके तैयार तुर होंगे खा पी के फिर वेने कितने जाना लंच लुंच से लैके जाने तो आ रही चली हूँ घर में वर्कआउट बहुत वधिया रहा खा पी के निकलते सी यू एच होम जिम तो बाद टाइम हैगा ही थोड़ा जहा मैं घरे जाके तो लगना नहीं सो गड्डी धवाड़िए गड्डी बड़ी गंदी हुई क्योंकि मीह मूँह पे दो दिन हो गए सो गड्डी धोवा गए फिर चलते घर में
ਫੜਦੇ ਕੜੇਲ ਪ੍ਰਧਾਨ ਨੇ ਟਕਾ ਕੇ ਉਹ ਕੀ ਹੋ ਗਿਆ ਇਹਨੂੰ ਹਵਾਈ ਅੱਡਾ ਖੁੱਲ ਗਿਆ ਆ ਜਿਹੜਾ ਜੰਡਿਆਲੇ ਅੰਮ੍ਰਿਤਸਰ ਨੂੰ ਜਾਈਦਾ ਤੇ ਬਰਥਡੇ ਬੋਏ ਸੋਹਣਾ ਬਣਾਇਆ ਚਲੋ ਅੰਦਰ ਜਾ ਕੇ ਵੇਖਦੇ ਹਾਂ ਨਹੀਂ ਵਧੀਆ ਵਧੀਆ ਚੀਜ਼ ਬਣਾਈ ਆ ਆ ਜਾਓ ਬੋਰਡਿੰਗ ਟਾਈਮ ਹੋ ਗਿਆ ਚਲ ਹਰਸ਼ਾਨ ਬੇਟਾ ਜਹਾਜ਼ ਬਹਿ ਲੱਗੀ ਵਾਲੀ ਬਹਿ ਜਾ ਆ ਜਾਓ ਜਹਾਜ਼ 'ਚ ਕਰਦੇ ਹਾਂ ਐਂਟਰੀ ਅੱਛਾ ਉੱਧਰ ਵੀ ਬਾਅਦ 'ਚ ਫੋਟੋ ਕੀ ਹੋਇਆ ਆਉਂਦੇ ਨਹੀਂ ਪਏ ਆਜੋ ਫਰੰਟ ਲੁੱਕ ਵੀ ਦਿਖਾ ਦਈਏ ਅੱਛਾ ਗੇਮਾਂ ਹੈਗੀਆਂ ਹੀ ਅਸਲੀ ਇੱਦਾਂ ਹੁੰਦਾ ਹੀ ਹਰਸ਼ਾਨ ਅਸਲੀ ਪਲੇਨ ਲੈ ਵੀ ਸੋਹ ਲੱਗੇ ਰਾਜੇ ਹੋਟਲ ਮੈਨੇਜਮੈਂਟ ਤਾਂ ਨਹੀਂ ਪਰ ਪਾਇਲਟ ਪੂਰਾ ਲੱਗਣ ਆ ਤੇ ਗੇਅਰ ਸਾਲਿਆ ਘੁੜਕੇ ਦਾ ਨਹੀਂ ਆ ਇਹ ਚੱਜ ਨਾ ਫੜ ਉਹਨੂੰ ਆਓ ਖਾਈਏ ਕੁਛ ਹੁਣ ਚਲੋ ਚਲੋ ਤੁਰ ਐਂਟਰੀ ਹੋ ਗਈ ਸਾਡੀ ਭਤੀਜ ਬਹਿ ਗਿਆ ਫਸਟ ਟਾਈਮ ਇਨ ਪਲੇਨ ਜਹਾਜ਼ ਦੇ ਵਿੱਚ ਆਪਾਂ ਸ਼ਾਨ ਕਿੱਥੇ ਚੱਲੇ ਕੈਨੇਡਾ ਕਿ ਅੰਮ੍ਰਿਤਸਰ ਰਸ਼ਾਨ ਬੇਟਾ ਹੁਣੀ ਚੱਲੇ ਨੇ ਲਓ ਜੀ ਪੀ ਆਰ ਘਰੋਂ ਹੀ ਮਿਲੀ ਇਹਨੂੰ ਸੋ ਪਰਮਾਨੈਂਟ ਚੱਲਿਆ ਵਰਕ ਵੀਜ਼ੇ ਤੇ ਤੇ ਆਹ ਵੇਖ ਲਓ ਜੀ ਇਹ ਚੱਲਿਆ ਸੀ ਇਹ ਨਹੀਂ ਨਹੀਂ ਅੱਧੇ ਘੰਟੇ ਦੇ ਵਿੱਚ ਵੀਜ਼ਾ ਲਵਾ ਕੇ ਦਵਾਂਗਾ ਸਾਡੀ ਭੂਆ ਦੇ ਮੁੰਡੇ ਨੇ 4 ਸਾਲ ਪਹਿਲਾਂ ਵੀਜ਼ਾ ਲਵਾ ਦਿੱਤਾ ਇਹਦਾ ਕੈਨੇਡਾ ਦਾ ਨਹੀਂ ਸੋਰੀ ਇੰਗਲੈਂਡ ਦਾ ਤੇ ਇਹਨੇ ਕੀ ਸੋਚਿਆ ਕਿ ਜਾਣਾ ਤਾਂ ਕਿਤੇ ਹੈ ਨਹੀਂ ਆ ਰੈਸਟੋਰੈਂਟ ਹੀ ਬਣਾ ਲੈਂਦੇ ਇਹਨੇ ਜਹਾਜ਼ ਵਾਲਾ ਰੈਸਟੋਰੈਂਟ ਹੀ ਬਣਾ ਲਿਆ ਆਲੋ ਤੁਹਾਡੇ ਸਾਹਮਣੇ ਦੇਖ ਲਓ ਸੋ ਇਹ ਆ ਰਾਜਵਿੰਦਰ ਸਿੰਘ ਬਹੁਤ ਵਧੀਆ ਵਾ ਜਿਹੜਾ ਨਹੀਂ ਝੂਟਾ ਲੈ ਸਕਦਾ ਇੱਥੇ ਆ ਸਕਦਾ ਹਾਂਜੀ 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 ਇਰਸ਼ਾਨ ਬੇਟਾ ਮੂੰਹ ਲਪੇੜਿਆ ਇਹਨੇ ਹੈ ਓਏ ਕੀ ਖਾ ਰਿਹਾ ਹਵਾਈ ਅੱਡੇ ਦਾ ਐਕਸਪੀਰੀਅੰਸ ਠੀਕ ਠਾਕ ਹੀ ਹੈ ਨਾ ਬਹੁਤ ਵਧੀਆ ਵੀ ਨਹੀਂ ਬਹੁਤ ਵਧੀਆ ਤਾਂ ਨਹੀਂ ਹੈਗਾ ਠੀਕ ਠਾਕ ਹੀ ਉੱਦਾਂ ਇਹ ਆ ਕਿ ਨਵਾਂ ਨਵਾਂ ਜੇ ਖੁੱਲਿਆ ਆ ਸੋ ਇਹਦੇ ਕਰਕੇ ਇੱਦਾਂ ਆ ਕਿ ਅਜੇ ਸਰਵਿਸ ਸੁਰਵਿਸ ਵੀ ਇਹਨਾਂ ਦੀ ਓਕੇ ਜੀ ਹੋਈ ਆ ਬਾਕੀ ਹੌਲੀ ਹੌਲੀ ਹੋਊਗਾ ਲੋਕੇਸ਼ਨ ਬਹੁਤ ਵਧੀਆ ਉਹਦੇ ਕਰਕੇ ਇਹ ਚੱਕਰ ਆ ਸੋ ਇਹ ਸੀਗਾ ਅੱਜ ਦਾ ਵਲੋਗ ਜਿਮ ਵੀ ਚੱਲ ਗਏ ਖਾ ਪੀ ਵੀ ਲਿਆ ਭਤੀਜ ਦਾ ਬਰਥਡੇ ਵੀ ਮਨਾ ਲਿਆ ਅਤੇ ਹੁਣ ਆਪਾਂ ਚੱਲੀਏ ਘਰ ਨੂੰ ਅਤੇ ਮਿਲਦੇ ਤੁਹਾਨੂੰ ਅਗਲੇ ਵਲੋਗ ਦੇ ਵਿੱਚ ਅਤੇ ਦੋ ਜੱਜ ਅਤੇ ਸਬਸਕ੍ਰਾਈਬ ਕਰ ਲਓ ਵੀ ਦਾ ਚੈਨਲ ਬਹੁਤ ਵਧੀਆ ਵੀਡੀਓ ਹੋਰ ਆਉਣਗੀਆਂ ਸੋ ਮਿਹਰਬਾਨੀ ਥੈਂਕ ਯੂ ਬਾਏ ਬਾਏ